देख रहे हो सांझ टीवी न्यूज पोर्टल। विद्या विचारी तां पर उपकारी, पर सरकारां दी अनदेखी दे चलदियां विद्यार्थियां दे पर उपकार दी बजाय अत्याचार हो रहा है। जिले गुरदासपुर दे पिंड कोट तंदल विखे अकाली भाजपा सरकार वलो इलाके दे बच्चियां दी सहूलत लई CBSE पैटर्न ते आदर्श स्कूल खोलिया गया सी, पर मौजूदा सरकार दी अनदेखी दे चलदियां आदर्श स्कूल विच अध्यापकां दी घाट है अते जो अध्यापक ड्यूटी ते तैनात सन उन्हां दी भी बदली कर दित्ती गई, जिस कारण विद्यार्थी हुण अद्धे सैशन विच अपने आप नूं लवारिस समझ रहे ने अते अपने भविख प्रति गंभीर चिंतित हन। विद्यार्थियां अते उन्हां दे मापियां दी सरकार कोलों मंग है कि जल्दी ही उन्हां दे मसले नूं सुलझाउण तां जो बच्चियां दे भविख नाल खिलवाड़ ना हो सके। टीचरां दी प्रॉब्लम आ रही है जी, टीचरां दी बहुत ज़्यादा प्रॉब्लम आ रही है। बच्चियां दा साल जिहड़ा वा उदां वैसे ही जा रहा वा, इत्थे टीचर जिहड़े जरूर चाहिए, टीचर जिहड़े रह गए 6-7 ਸਾਰੇ ਆ ਜਾ ਕੇ, ਟੀਚਰਾਂ ਦੀ ਪ੍ਰੋਬਲਮ ਆ ਰਹੀ ਆ। 700 ਬੱਚਾ ਕਰੀਬ ਹੋਏਗਾ, 20 ਪਿੰਡ ਦਾ ਤਕਰੀਬਨ ਹੈ ਹੀ ਆ। ਸਰਕਾਰ ਨੂੰ ਜੀ, ਕਸੂਰੀ ਸਰਕਾਰ ਦਾ ਵਾ ਜੀ, ਸਰਕਾਰ ਜਿਹੜੀ ਹੈ ਇਹਨਾਂ ਨੂੰ ਤਨਖਾਹ ਪੂਰੀ ਦੇਵੇ ਟੀਚਰਾਂ ਨੂੰ, ਤਾਂ ਟੀਚਰ ਆਪਣਾ ਕੰਮ ਕਰਨ। ਇਹੋ ਕਹਿੰਦੇ ਹਾਂ ਸਰਕਾਰ ਤਨਖਾਹ ਦੇਵੇ, ਹੁਣ ਟੀਚਰ ਇੱਥੇ ਪੂਰੇ ਆ ਜਾਣ ਸਾਡੇ ਪੜ੍ਹਾਈ ਕਰਾਉਣ। ਭਈਆ ਖਰਾਬ ਹੋ ਗਏ ਤਾਂ ਖਰਾਬ ਹੀ ਅਧਿਆ ਹੰਡੀਆ, ਫਿਰ ਬੱਚੇ ਹਟਾਉਣੇ ਆ ਤੁਹਾਨੂੰ ਕਰਨਾ ਵਾ। ਫਿਰ ਕਹਿੰਦੇ ਆ ਪ੍ਰਾਈਵੇਟ ਸਕੂਲੇ ਪਾਓ ਜੀ, ਕਦੀ ਬੇਟੀ ਬਚਾਓ ਬੇਟੀ ਪੜ੍ਹਾਓ, ਉਹ ਕਰਦੇ ਆ ਇਹ ਕੋ ਕੀ ਫਾਇਦਾ ਕੀ ਆ, ਤਾਂ ਜੇ ਟੀਚਰ ਹੀ ਹੈ ਨਹੀਂ ਤਾਂ ਇਹ ਬੱਚੇ ਸ਼ਿਕਾਇਤ ਕਰਦੇ ਆ ਜੀ। ਬੱਚਿਆਂ ਦੀ ਦੂਜੀ ਤੀਜੀ ਵਾਰ ਸ਼ਿਕਾਇਤ ਆ ਗਈ ਆ ਜੀ ਇਹ, ਕਿ ਸਾਡੇ ਟੀਚਰ ਹੈ ਨਹੀਂ ਗੇ, ਟੀਚਰ ਹੈ ਨਹੀਂ ਗੇ, ਅਤੇ ਬੱਚਿਆਂ ਦਾ ਜੀਵਨ ਖਰਾਬ ਹੋਣ ਡਿਆ ਵਾ, ਮਤਲਬ ਮੁਸ਼ਕਿਲ ਹੋਣ ਡਈ ਆ, ਬਹੁਤ ਜ਼ਿਆਦਾ ਮੁਸ਼ਕਿਲ ਆ। ਪਰ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਵਾ, ਨਹੀਂ ਆ ਕਰਨ ਲਈ ਸਰਕਾਰ, ਇਹਨਾਂ ਤਨਖਾਹ ਪੂਰੀ ਕੀਤੀ ਜਾਵੇ ਤਾਂ ਟੀਚਰ ਆ ਕੇ ਆਪਣਾ ਕੰਮ ਕਰਨ, ਨਹੀਂ ਹੁੰਦੀ ਤਾਂ ਮੁਸ਼ਕਿਲ ਹੀ ਆ, ਸਕੂਲ ਹੀ ਬੰਦ ਹੋਣ ਵਾਲੀ ਗੱਲ ਆ, ਇਹ ਤਾਂ ਬੇਟੇ ਬੱਚੇ ਹਟਾਉਣੇ ਹੀ। ਇਹਨਾਂ ਦੇ ਅਖਬਾਰ ਜਿਹੜਾ ਜ਼ਿੰਮੇਵਾਰ ਆ ਉਹ ਸਿੱਧੀ ਸਰਕਾਰ 'ਤੇ ਆ, ਕਿਉਂਕਿ ਸਰਕਾਰ ਨੇ ਹੀ ਇਹ ਬਿਲਡਿੰਗ ਖੜੀ ਕੀਤੀ ਹੈ, ਸਰਕਾਰ ਨੇ ਹੀ ਚਾਹਿਆ ਸੀ ਕਿ ਪਿੰਡਾਂ ਦੇ ਵਿੱਚ ਸਕੂਲ ਖੋਲ੍ਹੇ ਜਾਣ, ਕਿਉਂਕਿ CBSE ਜਿਹੜਾ ਪੈਟਰਨ ਨੇ ਉਹ ਸਕੂਲ 'ਚ ਜਿਹੜਾ ਸੀ ਉਹ ਲੱਗ ਜਾ ਕੇ ਕਿਤੇ ਨਹੀਂ ਹੈਗਾ ਸੀ, ਅਤੇ ਜੇ ਹੈਗਾ ਸੀਗਾ ਤਾਂ ਉਹ ਲੋਕ ਜਿਹੜੇ ਮਾਂ ਪਿਓ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ, ਪੜ੍ਹਾ ਨਹੀਂ ਪਾਉਂਦੇ। ਅਤੇ ਜਦ ਸਾਨੂੰ ਐਡੀ ਵਧੀਆ ਓਪਰਚੁਨਿਟੀ ਇੱਥੇ ਆਪਣੇ ਇਲਾਕੇ 'ਚ ਮਿਲੀ ਆ, ਅਤੇ ਆਪਾਂ ਨਹੀਂ ਚਾਹੁੰਦੇ ਕਿ ਇਹ ਬੰਦ ਹੋਵੇ, ਅਤੇ ਸਾਡੀ ਇਹੀ ਮੰਗ ਹੈ ਕਿ ਜਿਹੜੇ ਜਿਹੜੇ ਟੀਚਰ ਇੱਥੋਂ ਭੇਜੇ ਗਏ ਨੇ ਵਾਪਸ, ਉਹਨਾਂ ਨੂੰ ਵਾਪਸ ਇੱਥੇ ਬੁਲਾਇਆ ਜਾਏ, ਉਹਨਾਂ ਦੀ ਬਣਦੀ ਜਿਹੜੀ ਹੱਕ ਦੀ ਜਿਹੜੀ ਤਨਖਾਹ ਹੈ ਉਹ ਦਿੱਤੀ ਜਾਵੇ, ਤਾਂ ਕਿ ਟੀਚਰ ਵੀ ਖਰਾਬ ਨਾ ਹੋਣ ਔਰ ਬੱਚਿਆਂ ਦਾ ਭਵਿੱਖ ਵੀ ਖਰਾਬ ਨਾ ਹੋਵੇ। ਬੱਚੇ ਸਾਡੇ ਆਪਣੇ ਆਪ ਸਾਡਾ ਆਣ ਕੇ ਕਹਿੰਦੇ ਆ ਕਿ ਸਾਡੀ ਉੱਥੇ ਪੜ੍ਹਾਈ ਨਹੀਂ ਹੈਗੀ, ਸਾਡੇ ਪਾਪਾ ਸਾਡਾ ਭਵਿੱਖ ਖਰਾਬ ਹੋ ਰਿਹਾ, ਅਸੀਂ ਪੇਪਰਾਂ 'ਚ ਕਿੱਦਾਂ ਪੇਪਰਾਂ 'ਚ ਪਾਸ ਹੋਵਾਂਗੇ, ਸਾਨੂੰ ਪੜ੍ਹਾਉਣ ਨੂੰ ਹੀ ਉੱਥੇ ਕੋਈ ਨਹੀਂ ਹੈਗਾ। ਬਿਲਕੁਲ ਬਰਬਾਦ ਹੋ ਸਕਦਾ ਜੀ, ਇੱਕ ਸਾਲ ਜਿਹੜਾ ਪੂਰਾ ਬਰਬਾਦ ਪਹਿਲਾਂ ਹੀ ਹੋਣ 'ਤੇ ਗਗਾਰ 'ਤੇ ਖੜ੍ਹਾ ਹੈ, ਕਿਉਂਕਿ ਪੜ੍ਹਾਈ ਨਹੀਂ ਹੈਗੀ। ਜੇ ਬੱਚੇ ਕੱਲ੍ਹ ਨੂੰ ਪਾਸ ਹੋ ਵੀ ਜਾਣਗੇ ਉਹ ਵੀ ਚੰਗੇ ਨੰਬਰਾਂ ਲੈ ਕੇ ਨਹੀਂ ਪਾਸ ਹੋਣਗੇ। ਸਰਕਾਰ ਨੂੰ ਅਸੀਂ ਆਪਾਂ ਆਪਣੀਆਂ ਕੀਮਤੀ ਵੋਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਸੀਗਾ, ਅਤੇ ਆਪਾਂ ਇਹੀ ਮੰਗ ਰੱਖਦੇ ਹਾਂ ਕਿ ਸਾਡਾ ਜਿਹੜਾ ਸਕੂਲ ਹੈ ਸਾਡਾ ਬੰਦ ਨਹੀਂ ਹੋਣਾ ਚਾਹੀਦਾ, ਅਤੇ ਸਾਡੇ ਜਿਹੜੇ ਟੀਚਰ ਨੇ ਉਹ ਇੱਥੇ ਆਉਣੇ ਚਾਹੀਦੇ ਨੇ, ਤਾਂ ਕਿ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ। ਸਾਡੀ ਤਾਂ ਸਾਡਾ ਤਾਂ ਨੁਕਸਾਨ ਹੈ ਹੀ ਹੈ ਨਾ, ਇਹ ਤਾਂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਡਾ ਨੁਕਸਾਨ ਹੈ ਕਿ ਨਹੀਂ ਹੈ, ਵੀ ਉਹ ਸਾਡੀ ਵੋਟਾਂ ਦਾ ਕੋਈ ਕਿਤੇ ਕੋਈ ਵੈਲਿਊ ਸਮਝਦੇ ਨੇ, ਜਾਂ ਸਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਵਰਗੇ ਸਮਝਦੇ ਨੇ ਕਿ ਇਹਨਾਂ ਦਾ ਵੀ ਭਵਿੱਖ ਬਣਨਾ ਚਾਹੀਦਾ, ਅਤੇ ਫਿਰ ਤਾਂ ਉਹਨਾਂ ਨੂੰ ਇਹ ਸਿੱਧੀ ਜਿਹੀ ਗੱਲ ਹੈ ਕਿ ਬੰਦ ਹੀ ਨਹੀਂ ਹੋਣ ਦੇਣਾ ਚਾਹੀਦਾ, ਅਤੇ ਇੱਥੇ ਅੰਡਰਸਟੂਡ ਜੀ ਗੱਲ ਹੈ। ਇਸ ਸੰਬੰਧ ਵਿੱਚ ਜਦ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਰਕੇਸ਼ ਬਾਲਾ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਦੇ ਦਫ਼ਤਰ ਵਿਖੇ ਕੁਰਸੀ ਖਾਲੀ ਮਿਲੀ ਅਤੇ ਜੂਨੀਅਰ ਅਧਿਕਾਰੀਆਂ ਨੇ ਕੈਮਰੇ ਤੇ ਗੱਲਬਾਤ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੈਡਮ ਹਲੇ 2-3 ਦਿਨ ਹੋਰ ਛੁੱਟੀ ਤੇ ਹਨ ਅਤੇ ਉਹ ਆਉਣਗੇ ਤਾਂ ਹੀ ਜਵਾਬ ਦੇਣਗੇ। ਪੋਸਟਾਂ ਜਿਹੜੀਆਂ ਉਹ ਸੈਂਕਸ਼ਨ ਨੇ ਔਰ ਉਹਨਾਂ ਦੇ ਵਿੱਚੋਂ ਸਾਡੇ ਟੀਚਿੰਗ ਔਰ ਨੋਨ ਟੀਚਿੰਗ ਦਾ ਅਮਲਾ ਜੋੜ ਕੇ ਅਸੀਂ 11 ਟੀਚਰ ਇਸ ਟਾਈਮ ਇੱਥੇ ਹੈਗੇ ਹਾਂ ਅਤੇ ਸਾਡੇ ਕੋਲ ਇਸ ਸਮੇਂ 700 ਦੇ ਕਰੀਬ ਬੱਚਾ ਹੈਗਾ ਅਤੇ ਟੀਚਰਸ ਦੀ ਜਿਹੜੀ ਰੈਗੂਲਾਈਜੇਸ਼ਨ ਦੀ ਸਰਕਾਰ ਨੇ ਸ਼ੁਰੂ ਕੀਤਾ ਪ੍ਰੋਸੈਸ, ਉਸ ਦੌਰਾਨ ਸਾਡੇ ਕੋਲ ਜਿਹੜੇ ਲੈਕਚਰਰ ਸੀਗੇ ਲਗਭਗ ਜਿਹੜੇ ਫਿਜਿਕਸ ਕੈਮਿਸਟਰੀ ਬਾਇਓ ਜਾਂ ਮੈਥ ਜਾਂ ਹੋਰ ਸਬਜੈਕਟਾਂ ਦੇ ਸੀ, ਪੋਲੀਟੀਕਲ ਸਾਇੰਸ ਦੇ ਸੀਗੇ ਜਾਂ ਹਿਸਟਰੀ ਦੇ ਸੀ, ਉਹ ਲਗਭਗ ਸਾਰੇ ਦੇ ਸਾਰੇ ਜਿਹੜੇ ਨੇ ਉਹ ਹੁਣ ਸਕੂਲ ਨੂੰ ਛੱਡ ਕੇ ਜਾ ਚੁੱਕੇ ਨੇ ਅਤੇ ਜਿਹਦੇ ਬਾਰੇ ਅਸੀਂ ਜਿਹੜੀ ਆਪਣੀ ਰਿਕੁਆਇਰਮੈਂਟ ਆ ਉਹ ਬਕਾਇਦਾ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਆ ਅਤੇ ਉਹਨਾਂ ਵੱਲੋਂ ਜਲਦੀ ਹੀ ਟੀਚਰ ਭੇਜਣ ਦਾ ਜਿਹੜਾ ਆਸ਼ਵਾਸਨ ਵੀ ਮਿਲ ਚੁੱਕਾ ਵਾ ਅਤੇ ਸਾਨੂੰ ਉਮੀਦ ਆ ਕਿ ਸਾਡੇ ਬੱਚਿਆਂ ਦੇ ਲਈ ਜਲਦੀ ਟੀਚਰ ਆ ਜਾਣਗੇ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ। ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ, ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।